بیبیاں دی اے نہیں آگ بجھ دی سینا دی اے بابا نہیں آگ بجھ دی تڑیا دھیاں کو تڑیا دھیاں تو ساڈی کر بابا مدارے تے دکھ ویڑ بنن پردیس دے وچ آدی ماں پیو دی بہو یاد بیبی آدی او دیکھ سکینہ آئیو جان پیے تے دیکھ کے شولے بارے تے میں تلیاں مال مال آئیو تھک پیاں نہیں آنکھ کھولی سجادے مان مک گئے بیرا مارے گئے پتر مارے گئے مہمان مارے گئے چادراں لٹیاں گئیاں خیمے جل گئے شام غریب دی رات علی دی دیئے چویٹ مستورے چوراسی یتیمے نہ کوئی بلیندا ہے نہ کوئی الیندا ہے زمین تلی کے مار مار کے آدر اچھا نہ بلائیں او شمیر پیاندا ہے علی دی دیا دی اما فضا میں پارا دینیا میں یتیم سمینیا دایا دی علی دی دی تو تبیڑے چکڑانی وے بولی اما تے میں نو کوئی سنیا میرے باب علی دل جا میرے بھرا دل جا تے میں آلیا دل جا ہے کے علی دی دی نے سڑی ہوئی چوب چاہیے سڑی ہوئی چوب چاہ کے میری سین نجف دمو کی تے تے اچھی آواز نال حکل ماریے او بل پیر الحافظ او بل پیر سنی حق علی دی آ گئے ہو سنی حق علی دی آ گئے ہو میں تارے لے دی رہیاں نا مار شمر میرے باپ کو میں منت کرے دی رہیاں کہنا دا لگ پال علی آیا ہے دھید سامنے آکڑ ہے بی بی آدھی ہے گھوڑے سوار روکوان میں اجڑ گئی آم کہنا دا لگ پال علی روان لگ گیا ہے حالے جا دیکھ فرمین زینب بچڑا میں دو دیکھ میں تیرا بابا علیہ جی میں کری آئی مستورہ دا دوری ہے آدھی مہیاں کئی کل چادر ہوئے میں نو دیا میرا بابا یا گیا ہے تو میرے سر تے چادر کوئی نہیں کہنا دلج پال علی فرمین زینب بچڑا میں تیرا بابا علی شکر ادا کرنا تے تانو سارے انو بچا لیا بی بی آدھی بابا ہوں ویلے آیا ہے جیرے ویلے میں پکی اجڑ گئی ہاں میرے بھرا مارے گئن میرے پتر مارے گئن میرے مہمان مارے گئن میرے جوان مارے گئن بابا ساڈے خیمے جل گئن اور ایک میں ترلے مرے دی رہی ہاں سجاد آنکھ نہیں کھلے دا
ਤੈਨਾਤ ਲਜਪਾਲ ਅਲੀ ਫਰਮੈਂਦਾ ਮੇਰਾ ਜ਼ੈਨਬ ਬਚੜਾ ਤੇਰੇ ਉਜੜਨ ਦੇ ਵੱਡੇ ਅਰਮਾਨ ਬਚੜਾ ਕਾਫੀ ਦੇਰ ਹੋ ਗਈ ਹੈ ਮੈਂ ਦੇਦਾ ਪਿਆ ਮੈਨੂੰ ਧੀਆਂ ਮਿਲੀਆਂ ਮੈਨੂੰ ਨੂੰਹਾਂ ਮਿਲੀਆਂ ਮੈਨੂੰ ਦੋਤਰੀਆਂ ਮਿਲੀਆਂ ਮੈਨੂੰ ਪੋਤਰੀਆਂ ਮਿਲੀਆਂ ਹਰ ਕਹਿ ਮੈਨੂੰ ਆਪਣੇ ਆਪਣੇ ਦੁੱਖ ਤੇ ਦਰਦ ਸੁਣਾਏ ਮਗਰ ਮੈਨੂੰ ਇੱਕ ਨਜ਼ਰ ਨਹੀਂ ਆਉਂਦੀ ਬਾਬਾ ਕੌਣ ਸੈਯਦਾ ਦੇ ਮੇਰੇ ਹੁਸੈਨ ਦੇ ਸੀਨੇ ਦਾ ਤਵੀਲ ਕਹਿਣਾ ਦਲਜ ਪਾਲ ਅਲੀ ਫਰਮੈਂਦਾ ਮੇਰੇ ਹੁਸੈਨ ਦੇ ਸੀਨੇ ਦਾ ਤਵੀਲ ਕਿਨ ਗਈ ਏ ਫਤਿਹ ਸ਼ਾਹ ਮਸਤੂਰਾ ਦੀ ਏਡਾ ਬਾਬਾ ਜਿਹੜੇ ਵੇਲੇ ਦਾ ਆਇਆ ਉਹ ਦੇਖ ਮਿੱਟੀ ਤੇ ਬਹਿ ਕੇ ਰੋਂਦੀ ਬੈਠੀ ਏ ਕਹਿਣਾ ਦਲਜ ਪਾਲ ਅਲੀ ਫਰਮੈਂਦਾ ਮੇਰੀਆਂ ਧੀਆਂ ਤੈਨੂੰ ਆ ਮੇਰੇ ਨਾਲ ਆਓ ਮੈਂ ਨਾਲੇ ਪੋਤਰੀ ਨੂੰ ਮਨੈ ਨਾ ਨਾਲੇ ਉਹਨੂੰ ਗੱਲ ਲਾ ਕੇ ਪਰਚਣਾ ਕਹਿਣਾ ਦਲਜ ਪਾਲ ਅਲੀ ਚੁੜੀਆ ਥੱਕੀ ਹੋਈ ਤੇ ਤੱਸੀ ਪੋਤਰੀ ਦੇ ਕੋਲ ਵੱਲ ਖੜਾ ਏ ਮਾਸੂ ਮਾਂ ਡਾਡਾ ਮਿਲਣ ਆਈ ਅੱਜ ਪੱਗ ਲੱਗ ਗਈ ਹੈ ਮੇਰੀ ਪੁੱਠੀ ਅਮੀਰ ਪਿਓ ਦੀ ਧੀ ਏ ਮੈਂ ਗਰੀਬ ਪਿਓ ਦੀ ਧੀ ਆ ਬਾਬਾ ਜੀ ਦੀ ਹੱਕ ਲੈ ਜਬ ਛੋੜਨ ਤੇ ਮਜਬੂਰ ਕਰ ਦਿੱਤਾ ਮੈਂ ਦੀ ਗੇਰੇ ਨੇ ਥਰੋਈਆਂ ਦੇਦੀ ਰਹੀਆਂ ਨਾ ਮਾਰੋ ਮੇਰਾ ਤੱਸਾ ਬਾਬਾ ਮਗਰ ਮੇਰੀ ਮਦਦ ਵਾਸਤੇ ਕੋਈ ਨਹੀਂ ਆਇਆ ਕਹਿਣਾ ਦਲਜ ਪਾਲ ਅਲੀ ਫਰਮੈਂਦਾ ਮੇਰਾ ਬਚੜਾ ਦਸਾ ਤਸਈ ਤੂੰ ਜੋ ਮੌਕੇ ਦੀ ਗਵਾਹ ਏ ਤੇਰਾ ਬਾਬਾ ਕਿਵੇਂ ਗੁੱਸਾ ਏ ਬਾਬਾ ਕੋਈ ਇੱਕ ਹੋਵੇ ਆ ਮੈਂ ਉਹਦਾ ਨਾਮ ਚਾਵਾ ਕਹਿਣਾ ਦਲਜ ਪਾਲ ਅਲੀ ਫਰਮੈਂਦਾ ਦਸਾ ਕੌਣ ਹੈ ਹੁਸੈਨ ਦੀ ਤੱਸੀ ਧੀ ਨੇ ਬੈਨ ਕੀਤਾ ਤੇ ਡਾਡੇ ਨੂੰ ਹਾਲ ਸੁਣਾਇਆ ਕਹਿਣਾ ਦਲਜ ਪਾਲ ਅਲੀ ਫਰਮੈਂਦਾ ਮੇਰਾ ਬਚੜਾ ਹੋਰ ਸੁਣਾ ਕਿਵੇਂ ਨਿਭਦੀ ਰਹੀ ਏ ਬਾਬਾ ਜਿਹੜੇ ਵੇਲੇ ਸ਼ਿਮਰ ਬੇਗੈਰਤ ਜ਼ਰਬਾ ਮਾਰਨ ਦੇ ਇਰਾਦੇ ਕੀਤੇ ਨੇ ਮੇਰਾ ਮਜ਼ਲੂਮ ਬਾਬਾ ਦਾਈ ਮੈਨੂੰ ਤੱਸੀ ਦੀ ਦੇ ਸਾਹਮਣੇ ਨਾ ਮਾਰ ਬਾਬਾ ਮੇਰਾ ਬਾਬਾ ਡਾਡਾ ਮੇਰਾ ਬਾਬਾ ਬੈਣ ਕਰੇਂਦਾ ਰਹੀ ਹੈ ਮਗਰ ਜ਼ਾਲਮ ਇੱਕ ਨਹੀਂ ਮੰਨੀ ਕਹਿਣਾ ਦਲਜ ਪਾਲ ਅਲੀ ਫਰਮੈਂਦਾ ਕਿਹੜੇ ਬੈਣ ਕੀਤੇ ਤੇ ਜ਼ਾਲਮ ਕਿਵੇਂ ਨਹੀਂ ਮੰਨੀ ਮੇਰੀ ਸੈਣ ਬਾਬੇ ਦੇ ਸਾਹਮਣੇ ਬੈਣ ਕੀਤਾ ਹੈ ਜੀ ਡਾਡਾ ਬਹੁ ਔਖੇ ਵਕਤ ਗੁਜ਼ਾਰੇ ਨੇ ਵਾਸਤੇ ਤਾਂ ਬਾਬਾ ਮਨਾਵਣ ਬਾਬਾ ਮੈਂ ਤਰਲੇ ਮਰਦੀ ਰਹੀ ਹਾਂ ਬਾਬਾ ਮੇਰਾ ਬਾਬਾ ਮਾਰਾ ਗਿਆ ਮੇਰਾ ਅਸਗਰ ਮਾਰਾ ਗਿਆ
ਕਹਿਣਾ ਦਲ ਅਜਪਾਲ ਅਲੀ ਫਰਮੈਂਦਾ ਹੈ ਬੱਚੜਾ ਮੈਨੂੰ ਦੁੱਖ ਸੁਣਾ ਮੈਂ ਸੁਣਨਾ ਪੌਲੇ ਜਿਹਾ ਢਾ ਮਾਰ ਕੇ ਆਦੀਏ ਬਾਬਾ ਕਿਹੜੇ ਕਿਹੜੇ ਦੁੱਖ ਸੁਣਾਵਾਂ ਮੈਡਾ ਬੱਚੜਾ ਕੋਈ ਤਾਂ ਸੁਣਾ ਮੈਂ ਡਾਡਾ ਜੂ ਸੁਣਨਾ ਮਾਸੂ ਮਾਰੋ ਕੇ ਆਦੀਏ ਨੇ ਬਾਬਾ ਅਕਬਰ ਦੀ ਜਾਗੀਰ ਦੇ ਵਿੱਚ ਮੈਨੂੰ ਸ਼ਿਮਰ ਤਮਾਚੇ ਮਾਰੇ ਤੇ ਮੈਂ ਲਾਸ਼ ਬਾਬੇ ਦਿਨੋਂ ਹੱਥ ਲਾਇਆ ਮੈਂ ਦੇ ਜ਼ਖਮੀ ਥੈ ਰੁਖਸਾਰ ਬਾਬਾ ਮੇਰੇ ਦੁਰ ਲਾਏ ਗਏ ਮੈਂ ਤਮਾਚੇ ਝਲੇ ਵੀ ਰਹੀਆਂ ਨਾਲੇ ਬਾਬਾ ਊਂ ਵੇਲੇ ਵੀ ਮਰ ਗਈਆਂ ਜਿਹੜੇ ਵੇਲੇ ਮੇਰਾ 6 ਮਹੀਨਿਆਂ ਦਾ ਫਿਰਾ ਪਾਣੀ ਪੀਵਣ ਗਿਆ ਬਾਬਾ ਮੇਰਾ ਬਾਬਾ ਮੇਰੇ ਅੱਖਿਆਂ ਨੂੰ ਚਾ ਕੇ ਗਿਆ ਹੈ ਜਿਹੜੇ ਵੇਲੇ ਬਲਾ ਕੇ ਗਿਰਨਾ ਹੈ ਮੈਂ ਪੀਂਗੇ ਸ਼ਮਾਇਆ ਹੈ ਮੈਂ ਸਮੇਟ ਗਈਆਂ ਪਾਣੀ ਪੀਆ ਮਗਰ ਬਾਬਾ ਮੇਰਾ ਸਿਰ ਜਿੰਦਾ ਨਹੀਂ ਵਰਗਿਆ ਤਰਾਏ ਫੱਲਾ ਤੀਰ ਝਲ ਕੇ ਸਮ ਗਏ ਕਹਿਣਾ ਦਲਜ ਪਾਲ ਅਲੀ ਫਰਮੈਂਦਾ ਮੇਰਾ ਬੱਚੜਾ ਹੀ ਉਹ ਦਰਦ ਸੁਣਾ ਮੇਰੀ ਮਾਸੂਮਾ ਸੈਣ ਤੱਸੀ ਸੈਣ ਡਾਡੇ ਦੇ ਮੁਖਾਤਿਬ ਹੋ ਕੇ ਬੈਨ ਕੀਤਾ ਕਰੇ ਅਲ ਹਾਫਿਜ਼।